ਹੋਰ ਕੁਛ ਦਾ ਕੁਛ ਹੋ ਕਹਿੰਦੇ ਜੀ ਹਰ ਜਗ੍ਹਾ ਦਾ ਪਰਮਾਤਮਾ ਹੈ, ਜੇ ਪਰਮਾਤਮਾ ਨੂੰ ਜਲਦੀ ਪ੍ਰਸੰਨ ਕਰਨਾ ਹੋਵੇ ਤਾਂ ਸਭ ਪੂਜਾ ਉਹਦੀ ਸ੍ਰਿਸ਼ਟ ਪੂਜਾ ਕਿਆ ਹੈ। ਅੱਜ ਪੰਡਿਤ ਜੀ ਨੇ ਕਿਹਾ ਕਹਿੰਦੇ ਉਹਦੀ ਸ੍ਰਿਸ਼ਟ ਪੂਜਾ ਕਿਆ ਜੇ ਜਲਦੀ ਪ੍ਰਗਟ ਹੋ ਜਾਵੇ। ਕਹਿੰਦੇ ਗਰੀਬਾਂ ਦੀ ਮਦਦ ਕਰਨੀ, ਗਰੀਬਾਂ ਦੇ ਦੁੱਖ ਦੇ ਵਿੱਚ ਆਪ ਦੁਖੀ ਹੋ ਜਾਣਾ, ਉਹਦਾ ਦੁੱਖ ਆਪਣਾ ਪਰੋਸ ਲੈਣਾ, ਕਹਿੰਦੇ ਇਹ ਸਭ ਤੇ ਪ੍ਰਮਾਤਮਾ ਦੀ ਸ੍ਰਿਸ਼ਟ ਪੂਜਾ ਹੈ। ਸਭ ਵਿੱਚ ਅਸੀਂ ਪਰਮਾਤਮਾ ਨੂੰ ਦੇਖਾਂਗੇ, ਇਹਦੇ ਨਾਲ ਚੋਰੀ ਕਰਾਂਗੇ, ਕਿਸੇ ਨਾਲ ਕਰੀ ਕਰਾਂਗੇ, ਇਹਨੂੰ ਨੁਕਸਾਨ ਪਜਾਵਾਂਗੇ, ਪਰਮਾਤਮਾ ਨੂੰ ਵੀ ਪਜਾਵਾਂਗੇ। ਅੱਛਾ, ਜੇ ਪਰਮਾਤਮਾ ਨਾਰਾਜ਼ ਹੋ ਗਿਆ ਫਿਰ ਕਰਾਣਾ ਕਿੱਥੇ? ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਕੋਈ ਮੱਛੀ ਰਹਿੰਦੀ ਹੋਵੇ, ਮਗਰ ਮੱਛੀ ਦੇ ਨਾਲ ਉਹਦੀ ਦੁਸ਼ਮਣੀ ਹੋ ਜਾਵੇ, ਉਹਨੂੰ ਕਦੇ ਸੁੱਕਦੀ ਕਰੀ ਆ ਸਕਦੀ ਹੈ? ਉਹ ਤਾਂ ਪਰਮਾਤਮਾ ਦੀ ਸ੍ਰਿਸ਼ਟੀ ਹੈ, ਪਰਮਾਤਮਾ ਦੇ ਡਰਨਾ ਚਾਹੀਦਾ ਹੈ, ਵਹਿ ਪੀਤ ਹੋਣਾ ਚਾਹੀਦਾ ਹੈ, ਨਾ ਜਾਣੇ ਕਾਹਦੂ ਦੀ ਜਗ੍ਹਾ ਸ੍ਰਿਸ਼ਟੀ ਹੋ ਜਾਵੇ, ਉਹ ਤਾਂ ਸ਼ੇਰਾਂ ਨੂੰ ਖਾਕ ਕਰਵਾ ਦਿਆ ਕਰਦਾ ਹੈ। ਤੇਰੀ ਕਿਰਪਾ ਸੇ ਕਿਆ ਮੁਸ਼ਕਿਲ ਹੈ, ਜੇ ਉਹਦੀ ਕਿਰਪਾ ਦੇ ਪਾਤਰ ਬਣ ਜਾਈਏ ਤਾਂ ਕਿਹੜੀ ਚੀਜ਼ ਸਾਨੂੰ ਨਹੀਂ ਮਿਲ ਸਕਦੀ? ਤੇਰੀ ਕਿਰਪਾ ਸੇ ਕਿਆ ਮੁਸ਼ਕਿਲ ਹੈ, ਬਿਜਲੀ ਕਾ ਬਣ ਜਾਣਾ, ਕਹਿੰਦੇ ਵੀ ਕਰ ਨਜ਼ਰ ਫੇਰ ਲਈ ਤੂੰ ਵਿਆਹ ਕੌਣ ਚੁਕਾਣਾ। ਕਹਿੰਦੇ ਹੇ ਪ੍ਰਭੂ, ਜੇ ਤੇਰੀ ਕਿਰਪਾ ਹੋ ਜਾਵੇ ਤਾਂ ਇਹੀ ਗੱਲ ਜਿਹੜੀ ਮੁਸ਼ਕਿਲ ਆਸਾਨ ਨਹੀਂ ਹੋ ਸਕਦੀ, ਜੇ ਤੇਰੀ ਨਿਗਾਹ ਪੱਟ ਜਾਵੇ ਤਾਂ ਫਿਰ ਵਿਆਹ ਚੁਕਾਣਾ ਕਿਆ? ਸੱਚ ਮੁੱਚ ਕੇ ਸਾਡਾ ਕੋਈ ਠਿਕਾਣਾ ਹੈ, ਇੱਕ ਠਿਕਾਣਾ ਹੈਗਾ, ਜੇ ਸਾਡੀ ਅਕਲ ਕੰਮ ਕਰਦੀ ਹੈ, ਇੱਕੋ ਟਿਕਾਣਾ ਹੈ, ਜੇ ਰੱਬ ਰੁੱਸ ਜਾਵੇ ਤਾਂ ਗੁਰੂ ਟਿਕਾਣਾ ਹੈਗਾ। ਕਹਿੰਦੇ ਰੱਬ ਰੁੱਸ ਜਾਵੇ ਤਾਂ ਗੁਰੂ ਟਿਕਾਣਾ, ਕਹਿੰਦੇ ਜੇ ਗੁਰੂ ਰੁੱਸ ਜਾਵੇ ਕਹਿੰਦੇ ਤੇਰੇ ਕੋਈ ਟਿਕਾਣਾ ਨਹੀਂ। ਕਹਿੰਦੇ ਮਹਾਰਾਜ ਕਬੀਰ ਜੀ ਕਹਿੰਦੇ ਕਬੀਰ ਉਹ ਨਰ ਅੰਧ ਹੈ, ਕਬੀਰਾ ਉਹ ਨਰ ਅੰਧ ਹੈ ਜੋ ਗੁਰ ਕੋ ਪੈਸੇ ਔਰ ਕਬੀਰਾ ਉਹ ਨਰ ਅੰਧ ਹੈ ਅੰਨੇ ਨੂੰ ਜੋ ਗੁਰ ਕੋ ਕਹਤੇ ਔਰ ਹਰੀ ਰੂਠੇ ਗੁਰੂ ਠੌਰ ਹੈ ਗੁਰੂ ਰੂਠੇ ਨਹੀਂ ਠੌਰ। ਜਿਹੜੇ ਤੁਸੀਂ ਗੁਰੂਆਂ ਨੂੰ ਮੰਨਣ ਵਾਲੇ ਲੋਕ ਹਨਗੇ, ਉਹਨਾਂ ਗੁਰੂ ਲੋਕਾਂ ਦੀ ਗੱਲ ਪਰ ਵਿਸ਼ਵਾਸ ਹੋਣਾ ਚਾਹੀਦਾ ਹੈ, ਉਹਨਾਂ ਦੀ ਗੱਲ ਪਰ ਪ੍ਰਾਣਾਂ ਦੀ ਬਾਜ਼ੀ ਲਾ ਦੇਣੀ ਚਾਹੀਦੀ ਹੈ। ਪ੍ਰਾਣੀ ਪ੍ਰਾਣਾਂ ਦੀ ਬਾਜ਼ੀ ਕਿਉਂ ਤਾਂ ਸਿਰ ਥੋੜੇ ਇਕੱਠ ਹੋਏ ਨੇ, ਉਹਨਾਂ ਦੀ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਰੱਖਣਾ ਚਾਹੀਦਾ ਹੈ। ਬੱਚੇ ਤਾਂ ਸੰਤਾਂ ਕੋਲ ਸਾਨੂੰ ਗੱਲਾਂ ਮਿਲ ਸਕਦੀਆਂ, ਦੂਸਰਾ ਨਹੀਂ ਸਾਨੂੰ ਦੱਸ ਸਕਦਾ ਹੈ। ਇਸੀ ਕਰਕੇ ਗੁਰੂਆਂ ਦੀ ਉਪਮਾ ਵੀ, ਸੰਤਾਂ ਦੀ ਉਪਮਾ ਵੀ ਵੇਦਾਂ ਗ੍ਰੰਥਾਂ ਨੇ ਕੀਤੀ ਹੈ। ਅੱਜ ਕੱਲ੍ਹ ਇਸ ਯੁੱਗ ਦੇ ਵਿੱਚ ਤੁਸੀਂ ਲੋਕ ਦੇਵਤਿਆਂ ਵੱਲ ਨੂੰ ਚੁੱਕੇ ਵੇਹਣਗੇ, ਬੜੀ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਉਹ ਦੇਵਤੇ ਮਿਹਨਤ ਕਰਕੇ ਹੀ ਦੇਵਤਾ ਬਣੇ ਹਨ, ਅਸੀਂ ਵੀ ਦੇਵਤਾ ਬਣ ਸਕਦੇ ਹਾਂ। ਜਿਹੜੀਆਂ ਮਿੱਟੀ ਦੀਆਂ ਮੂਰਤਾਂ ਹਨ, ਦੇਖ ਲਓ ਉਹਨਾਂ ਦੇ ਸਾਹਮਣੇ ਕਿਹੜੇ ਦੀਵੇ ਜਲਦੇ ਹਨ, ਉੱਥੇ ਬਾਜੇ ਵੱਜਦੇ ਨੇ, ਉੱਥੇ ਬੜਬੜੇ ਮੇਲੇ ਲੱਗਦੇ ਨੇ, ਉੱਥੇ ਕਿਹੜੀਆਂ ਆਡਾਂ ਚੱਲਦੀਆਂ ਨੇ, ਔਰ ਮਿੱਟੀ ਦੀਆਂ ਮੂਰਤਾਂ ਹਨ, ਲੱਖਾਂ ਵਰਸ਼ਾਂ ਹੋ ਗਈਆਂ ਚਲੀਆਂ ਗਈਆਂ ਨੂੰ, ਔਰ ਉੱਥੇ ਮਨ ਦੀਆਂ ਆਸ਼ਾ ਪੂਰੀਆਂ ਹੋਈਆਂ ਨੇ, ਸੁਖਰਾਂ ਪੂਰੀਆਂ ਹੋਈਆਂ ਨੇ। ਮੈਂ ਸਾਨੂੰ ਕੋਈ ਜਿਉਂਦੇ ਜਾਗਦਿਆਂ ਨੂੰ ਵੀ ਪੁੱਛ ਰਿਹਾ, ਉਹ ਮਿੱਟੀ ਦੀਆਂ ਮੂਰਤਾਂ ਲੱਗਦੇ ਰਹੀਆਂ ਨੇ, ਅਸੀਂ ਜਿਉਂਦੇ ਜਾਗਦੇ ਹਾਂ, ਉੱਥੇ ਕਿਹੜੀਆਂ ਆਡਾਂ ਚੱਲਦੀਆਂ, ਜਾਂ ਰੋਟੀ ਚੋਕ ਉਹਨਾਂ ਨੂੰ ਕੀ ਮਿਲਦਾ ਹੈ? ਉਹਨਾਂ ਨੇ ਕੁਛ ਕੀਤਾ, ਉਹਨਾਂ ਨੇ ਗੁਰੂ ਲੋਕਾਂ ਦੀ ਗੱਲ ਪਰ ਵਿਸ਼ਵਾਸ ਕੀਤਾ, ਉਹਨਾਂ ਨੇ ਫੈਸਲਾ ਕੀਤਾ, ਉਹਨਾਂ ਦੇ ਅੱਜ ਦੇ ਫੈਸਲੇ ਹੋਏ, ਉਹਨਾਂ ਨੇ ਕੋਈ ਰਾਸ਼ੀ ਬਣਾਏ ਵੇਚੇ। ਅਸੀਂ ਕਦੇ ਕਦੇ ਆਪੋ ਵਿੱਚ ਗੱਲ ਕਰਦੇ ਹੁੰਦੇ ਹਾਂ, ਫਿਰ ਜਿਹਨਾਂ ਦਾ ਲਕਸ਼ ਵੱਲ ਨੂੰ ਧਿਆਨ ਹੁੰਦਾ ਹੈ, ਉੱਥੇ ਰੱਬ ਨੂੰ ਵੀ ਆਪਣਾ ਨੇਮ ਬਦਲਣਾ ਪੈ ਜਾਂਦਾ ਹੈ। ਕੋਈ ਸਭ ਸੰਗਲੇ ਨੂੰ ਜਾਇਆ ਕਰਦਾ ਥਾ, ਦਰਿਆ ਪਾਰ ਕਰਨਾ ਪੈਂਦਾ ਥਾ, ਔਰ ਦਰਿਆਵਾਂ ਦੇ ਜਿਹੜੇ ਕਿਨਾਰੇ ਰਹਿੰਦੇ ਉਹ ਤਾਂ ਜਾਣਦੇ ਹਨ, ਤਾਂ ਉਹ ਟਾਈਮ ਦੇ ਮੁਤਾਬਕ ਸਰਨਾਈਆਂ ਹੁੰਦੀਆਂ ਨੇ, ਸਰਨਾਈ ਚੂਪ ਕਰਕੇ ਉਹ ਦਰਿਆ ਦੇ ਵਿੱਚ ਚਲ ਗਿਆ, ਉਸ ਤੋਂ ਹੜ ਆ ਗਿਆ, ਸਰਨਾਈ ਕਮਜ਼ੋਰ ਹੋ ਗਈ, ਸਰਨਾਈ ਫਟ ਗਈ, ਸਰਨਾਈ ਫਟ ਗਈ ਤਾਂ ਲਾਸ਼ ਜਿਹੜੀ ਚੀਜ਼ ਲਾਸ਼ ਭੰਗੀ ਮਰ ਗਿਆ, ਥੱਲੇ ਗਿਆ, ਪ੍ਰਾਣ ਨਿਕਲ ਗਏ, ਲਾਸ਼ ਨੇ ਕਿੱਧਰ ਪਜਾਣਾ ਕਰ ਲਿਆ? ਬੋਲੋ, ਸਿਆਣੇ ਆਦਮੀ ਕੋਲ ਬੈਠੇ ਨਾ,
जब प्राण निकल गए तो राज फिर न जाऊंगी जिस दिन पानी के अंदर पानी वाल नहीं गई उस दिन गई जिसे भी मानते भी धार्म की मिट्टी गल राज उसे जाती है सदे पानी वाल नहीं जाती जिन्होंने निश्चित पक्की आदमी होंगे ना उन्होंने तो मरिया में ही जा सकते उधर में जाती है जितने भी जाना था जीवन तो जाना ही जाना था मरे भी उसे जाते हैं जो देवते हैं गे वो साढ़े पार्टी वर्ग ही जमे थे उन्होंने भी दो अखाजियां साढ़े भी दो अखा ने उन्होंने भी दो करते साढ़े भी दो खाने उन्होंने भी एक जवान की राम राम कहने साढ़े भी एक हैगी उन्होंने भी दो हाथ थे साढ़े भी है उन्होंने भी दो पैर थे साढ़े भी है पर कमी क्या उन्होंने वेदा के गुरुआ से विश्वास था सारे गुरु वेदा से विश्वास नहीं है जी बेविश्वास के सानू माता से विश्वास नहीं सानू पिता से विश्वास नहीं सानू पति से विश्वास नहीं सा सोहरे से विश्वास नहीं वेदा ग्रंथा से संतों से गुरुआ से विश्वास नहीं अजी सुख जी कही नहीं सकते अपने अंदर विश्वास कहन करो सत्संग का आही मतलब है वो जेडे देवी देवता नो वो संतों के मुकाबले क्या आएंगे जे संत के बराबर देवता का खड़ा कर दिए तो टोले भी ना बुरा है कहते कुछ लोग अजकल भी कटाक होंगे अच्छा रात को भक्त पै जाते जिड़िया मतलब दल करने वाले रात को भी रौला पाऊंगे कच्चे होके तो कोई देवतिया का पास कीता कोई संतों का पास कीता तो वह तो कहें देवते चंगे होंगे वह कहें संत चंगे होंगे वह कहता वह संत कह चंगे होंगे कि मेरे लोग करेंगे कि पिछले लोग कर देंगे कहते फिर तेरा क्या बोले तेन संत ही नहीं मिली है संत जे पिछे करते तभी फैले वास्ते करते जे जेड़े करते तभी फैले वास्ते करते जे उन्हें प्यार करते तभी फैले वास्ते करते जे उन्होंने फटकारते तभी फैले वास्ते करते कहते देवता जेड़े हैं तो समदर्शी होंगे किसी देवता का नाते नहीं लगा उन्हें चंद्रमा ने संकेत किया चंद्रमा राजा जो सारा चंद्रमा वालों संकेत किया ये देवता कितना अच्छा है जे सब न ਇਹ ਬਰਾਬਰ ਰੋਸ਼ਨੀ ਦੇ ਸਮਦਾਸ਼ੀ ਹੈ ਜੰਦੇ ਨਾ ਮੰਦੇ ਨਾ ਸਭ ਨੋ ਬਰਾਬਰ ਰੋਸ਼ਨੀ ਦੇ ਰਿਹਾ ਔਰ ਸਭ ਨੂੰ ਠੰਡੇ ਦੇ ਰਿਹਾ ਸੰਤ ਕਿਸੇ ਨੂੰ ਪਛਾਣ ਦੇ ਕਿਸੇ ਨੂੰ ਪਟਕਾਰ ਦੇ ਹਨ ਉਹ ਕਹਿੰਦੇ ਚੰਦਰਮਾ ਸੰਤਾਂ ਦੇ ਸਾਹਮਣੇ ਵਿਚਾਰਾ ਕਿਆ ਹੈ ਇਹ ਤਾਂ ਖਰਾਬ ਹੀ ਨਹੀਂ ਹੋਣਾ ਹੈ ਕਹਿ ਕਹਿੰਦੇ ਕੋਈ ਗੱਲ ਦੱਸ ਉਹ ਕਹਿੰਦੇ ਚੰਦ ਤੂੰ ਕਹਿੰਦਾ ਵੀ ਇਹ ਸਮਦਾਸ਼ੀ ਹੈ ਚੰਦ ਕਿਹੜੇ ਤਾਂ ਕਰੋੜਾਂ ਨੂੰ ਦੁੱਖ ਦੇਵੇ ਆਈ ਗੱਲ ਸਮਝ ਲਿਖ ਸਮਦਾਸ਼ੀ ਕਹਿੰਦੇ ਜਿਹੜਾ ਸਭ ਦੇ ਵਿੱਚ ਇੱਕ ਇੱਕ ਜਿਹੜਾ ਨਾ ਦੇਖੇ ਜੇ ਤੁਹਾਨੂੰ ਸਭ ਦੇ ਵਿੱਚ ਰੱਬ ਦੇਖਣਾ ਕਹਿੰਦੇ ਤੂੰ ਕਹਿੰਦਾ ਸਮਦਾਸ਼ੀ ਹੈ ਚੰਦਰਮਾ ਚੋਰਾਂ ਨੂੰ ਕੁਛ ਕਰੇ ਤਾਂ ਚੰਦ ਕਿਹੜੇ ਤਾਂ ਚੋਰਾਂ ਨੂੰ ਦੁੱਖ ਦੇਵੇ ਸੰਤ ਚੋਰਾਂ ਨੂੰ ਸਾਧ ਬਣਾਉਂਦੇ ਨੇ ਉਹ ਚੰਦ ਆਪਣੇ ਦਾਗ ਨਹੀਂ ਧੋ ਸਕਦਾ ਸੰਤ ਦਿਲਾਂ ਦੇ ਦਾਗ ਮਟਾਉਂਦੇ ਨੇ ਚੰਦ ਕਿਹੜੇ ਤਾਂ ਚੋਰਾਂ ਨੂੰ ਦੁੱਖ ਦੇਵੇ ਸੰਤ ਚੋਰਾਂ ਨੂੰ ਸਾਗ ਬਣਾਉਂਦੇ ਨੇ ਚੰਦ ਆਪਣੇ ਦਾਗ ਨਹੀਂ ਧੋ ਸਕਦਾ ਸੰਤ ਦਿਲਾਂ ਦੇ ਦਾਗ ਮਟਾਉਂਦੇ ਨੇ ਚੰਦ ਬੱਸਿਆ ਦੇ ਦਿਨ ਡੁੱਬ ਜਾਵੇ ਚੰਦ ਬੱਸਿਆ ਦੇ ਦਿਨ ਡੁੱਬ ਜਾਵੇ ਸੰਤ ਵੇਲੇ ਡੁੱਬਿਆਂ ਨੂੰ ਬੰਨੇ ਲਾਉਂਦੇ ਨੇ ਇਹਨਾਂ ਨਾਲ ਸੰਸਾਰ ਤੇ ਬਰਕਤਾਂ ਨੇ ਲੋਕੀ ਆ ਕੇ ਤਾਂ ਇਹਨਾਂ ਨੂੰ ਸੀਸ ਲਵਾਉਂਦੇ ਨੇ ਅੱਜ ਉਹ ਭਜਨਾ ਜਿੰਨਾ ਵੀ ਲਾ ਦੇਣ ਲੱਖ ਰੁਪਇਆ ਕਰਕੇ ਲੈਣ ਕਦੇ ਕਦੇ ਨੂੰ ਪਾਠ ਪਾਵਣ ਕਦੇ ਕਦੇ ਨੂੰ ਕਿਰਾਇਆ ਭੇਜਣ ਜੇ ਕਹਿੰਦੇ ਜਿੰਨੀ ਲੋਕ ਆਏ ਵੀ ਲੈਣੇ ਨੂੰ ਬੁਲਾ ਕਿਉਂ ਬਈ ਇੱਕ ਮੇਰੀ ਇਹਨੇ ਨਕਸ਼ਿਆਂ ਨੂੰ ਕਰਕੇ ਦੱਸਣੇ ਪਏ ਇਹਨਾਂ ਨਾਲ ਸੰਸਾਰ ਤੇ ਬਰਕਤਾਂ ਨੇ ਇਹ ਜਿੱਥੇ ਚਲੇ ਜਾਂਦੇ ਉੱਥੇ ਕਹਿੰਦੇ ਬਰਕਤਾਂ ਹੁੰਦੀਆਂ ਨੇ ਇਹਨਾਂ ਨਾਲ ਸੰਸਾਰ ਤੇ ਬਰਕਤਾਂ ਨੇ ਲੋਕ ਆ ਕੇ ਤਾਂ ਇਹਨਾਂ ਨੂੰ ਸੀਸ ਲਵਾਉਂਦੇ ਨੇ ਸੰਤਾਂ ਦੀ ਕਿਰਪਾ ਦਾ ਪਾਤਰ ਬਣਨਾ ਚਾਹੀਦਾ ਸੰਤ ਤਾਂ ਕਹਿੰਦੇ ਨੋ ਕੋਈ ਬੁਰੇ ਤੇ ਬੁਰਾ ਆਦਮੀ ਮਰਿਆ ਵਾ ਜਿਹਨੇ ਜ਼ਿੰਦਗੀ ਵਿੱਚ ਕੋਈ ਕਦੇ ਕੰਮ ਕੀਤਾ ਨਹੀਂ ਚੱਜਦਾ ਉਹ ਚਿਖਾ ਦੇ ਉੱਪਰ ਰੱਖਿਆ ਹੋਇਆ ਹੋਵੇ ਅੱਗੋਂ ਨੂੰ ਲਾਈ ਵੀ ਹੋਵੇ ਸੰਤ ਦੇ ਚਿੱਤ ਵਿੱਚ ਦਿਆ ਆ ਜਾਵੇ ਉਹਦੀ ਵੱਲ ਨੂੰ ਨਜ਼ਰ ਪੈ ਜਾਵੇ ਉਸ ਅਪਰਾਧੀ ਤੇ ਅਪਰਾਧੀ ਨੂੰ ਵੀ ਸੁਣਦਾ ਬਾਕੀ ਬਣਾ ਦਿੰਦਾ ਹੈ ਸੰਤ ਆਪਣੇ ਲਈ ਕੁਛ ਨਹੀਂ ਮੰਗਦਾ
ਪਰਮਾਤਮਾ ਵੀ ਉਹਨਾਂ ਨੂੰ ਦਿੰਦਾ ਜਿਹੜੇ ਆਪਣੇ ਲਈ ਨਹੀਂ ਮੰਗਦੇ ਹਨਗੇ। ਜੇ ਅਸੀਂ ਆਪਣੇ ਲਈ ਮੰਗੀਏ ਤਾਂ ਸਾਡੇ ਵਾਲਾ ਸੱਚੀ ਰੁੱਖ ਤਾਂ ਉੱਥੇ ਪਹੁੰਚਦਾ। ਜਦ ਕਿਸੇ ਦੇ ਲਈ ਮੰਗਦਾ ਹੈ ਤਾਂ ਪਰਮਾਤਮਾ ਖੁਸ਼ ਹੋ ਜਾਂਦਾ, ਇਹ ਤਾਂ ਮੇਰੇ ਲਈ ਮੰਗ ਰਿਹਾ ਜੋ ਸਭ ਦੇ ਵਿੱਚ ਪਰਮਾਤਮਾ। ਇਸ ਕਰਕੇ ਸਤਸੰਗ ਦੇ ਵਿੱਚ ਆਇਆ ਕਰੋ, ਜਿਹੜੀ ਗੱਲ ਕਹੀ ਜਾਂਦੀ ਉਹਨੂੰ ਅਜਮਾ ਕੇ ਦੇਖਿਆ ਕਰੋ ਕਹੀ ਕਿਆ ਹੈ। ਜਿਹੜੀ ਗੱਲ ਕੋਈ ਸਭ ਸ਼ੁਰੂ ਕਰਦਾ ਹੈ ਸੁਣਨ ਵਾਲਾ ਕਹਿੰਦਾ ਵੀ ਇਹ ਮੈਂ ਪਹਿਲੇ ਜਾਣਦਾ। ਸੰਤ ਜੀ ਜਿਹੜੀ ਤੁਸੀਂ ਗੱਲ ਕਹਿਣ ਲੱਗੇ ਉਹ ਤਾਂ ਮੈਂ ਪਹਿਲੇ ਜਾਣਦਾ। ਉਹ ਕਹਿੰਦੇ ਫਿਰ ਤਾਂ ਤੂੰ ਸਾਡੇ ਨਾਲ ਸਿਆਣਾ, ਫਿਰ ਤੂੰ ਜਾਣਦਾ ਤਾਂ ਆਇਆ ਸੋਚ ਰਹੇ ਕਰਕੇ ਤਾਂ ਨਹੀਂ ਨਾ ਦੇਖੀ ਹੈ। ਤੂੰ ਜਾਣਦਾ ਜ਼ਰੂਰ ਹੈ ਤੇ ਪੜ੍ਹੀ ਹੈ ਲਿਖੀ ਹੈ, ਪਰ ਤੂੰ ਕਰਕੇ ਤਾਂ ਨਹੀਂ ਦੇਖੀ ਹੈ। ਜਿਹੜੀ ਸੰਤ ਗੱਲ ਕਹਿੰਦੇ ਪਹਿਲਾਂ ਆਪ ਕਰਕੇ ਉਹਨੂੰ ਦੇਖਦੇ ਹਨ। ਜਿਹੜੀ ਸੰਤ ਗੱਲ ਕਹਿੰਦੇ ਇਹਨੂੰ ਪਹਿਲੇ ਉਸਨੂੰ ਅਜਮਾ ਕੇ ਦੇਖਦੇ ਹਨ। ਨਹੀਂ ਤਾਂ ਤੁਸੀਂ ਦੇਖ ਲਓ ਸਾਡੇ ਕੋਲ ਆ ਰਹੇ ਲਵਾਉ ਜੀ ਵਰਗੇ ਬੈਠੇ ਇਹਨੂੰ, ਇਹਨਾਂ ਨੂੰ ਰੁਪਈਏ ਲਕੋ ਮੈਨੂੰ ਸਹਿਰਾ ਵੀ ਲਾਈਦਾ। ਦਿਨੋ ਤਾਂ ਇਹ ਚੇਂਜ ਦੇ ਨੌਕਰਾਂ ਦੀ ਥਾਵਾਂ ਦੀ ਕਮਾਓ ਕਮਾਓ ਜਿਆਓ ਜਿਆਓ, ਰਾਤ ਨੂੰ ਕਹਿੰਦੇ ਇਹਨਾਂ ਨੂੰ ਲੁਕੋ ਇਹਨਾਂ ਨੂੰ ਲੁਕੋ ਪਈਆਂ ਦੇ ਵਿੱਚ ਇਹਨਾਂ ਨੂੰ ਲੁਕੋ। ਪਰ ਐਮ ਜੇ ਕੁਛ ਕਦੇ ਕੋਲ ਕਦੇ ਚਾਰ ਪੈਸੇ ਬੈਠ ਕੇ ਵੀ ਦੇਖਿਆ ਕਿੱਥੇ, ਕਦੇ ਦੋ ਦਿਨ ਚਾਰ ਦਿਨ ਇੱਕ ਪਏ ਪਏ ਆ ਤਾਂ ਪਏ ਜਾਂ ਬੈਠੇ ਤਾਂ ਬੈਠੇ ਹੀ ਕੁਛ ਕਦੇ ਕਦੇ 24 ਘੰਟੇ ਆਸਾਮ ਤੇ ਮੈਂ 6 ਮਹੀਨੇ ਦਾ ਪੱਖੇ ਨਾ ਲੈਣ ਕੋਈ ਕਹਿਣ ਵਾਲਾ ਹੈ ਹੀ ਨਹੀਂ। ਮੈਂ ਉੱਥੋਂ ਗਈ ਅਕਲੇ ਦਿੱਤੀ ਹੈ ਗੁਰੂ ਲੋਕਾਂ ਨੇ ਇਹਨਾਂ ਨੂੰ ਕਹਿ ਦਿੱਤਾ ਭਾਈ ਨਾਨੂੰ ਸਾਡਾ ਪੈਸੇ ਰੱਖਣ ਨੂੰ ਠਹਿਰਾ ਨਹੀਂ ਮਿਲਦਾ, ਸਾਨੂੰ ਕਰੀ ਨਹੀਂ ਕਿੰਨਾ ਪੈਸਾ ਹੈਗਾ ਇਹਨਾਂ ਕੋਲੋਂ ਮੋਰੀ ਵਾਲਾ ਪੈਸਾ ਹੈ ਨਹੀਂ। ਅਸੀਂ 90-90 ਸਾਲ ਦੇ ਸ਼ੇਰ ਮਾਂ ਕਰ ਦਿੱਤੇ ਨਾਲ ਤੁਸੀਂ ਪੈਰੀ ਪੈਂਦੇ ਨੇ, ਨਾਲ ਤੁਸੀਂ ਖਲਾਉਂਦੇ ਨੂੰ, ਨਾਲ ਤੁਸੀਂ ਮਿੰਨਤਾਂ ਕਰਦੇ ਨੇ, ਨਾਲ ਹੱਥ ਜੋੜ ਕੇ ਲੈ ਜਾਂਦੇ ਨੂੰ ਉਸੇ ਕੋਲ ਇਹਨਾਂ ਨੂੰ ਮਾਫੀ ਚਾਹੀਦੀ ਹੈ। ਜਿਹਨਾਂ ਨੂੰ ਪੀਣ ਦਾ ਵੀ ਸਵਾਦ ਪਿਆ ਵਾ ਹੈ ਉਹ ਫਿਰ ਵੀ ਲੁਕੋ ਕਿਤੇ ਸੰਤਾਂ ਦੇ ਜਾ ਕੇ ਪੁੱਛੋ ਐਦਾਂ ਵੀ ਪੀਓ ਤੇ ਉਤਰੇ ਨਾ ਮੁੜ ਕੇ। ਇਹ ਸਾਰੀ ਕਾਹਦੀ ਪਾਪੜ ਪੀਣੇ, ਰਾਤ ਨੂੰ ਪੀਓ ਸਵੇਰ ਨੂੰ ਉਤਰ ਜਾਂਦੀ ਹੈ, ਸਵੇਰ ਨੂੰ ਪੀਓ ਦੁਪਹਿਰ ਨੂੰ ਉਤਰ ਜਾਂਦੀ ਹੈ। ਕਿਉਂ ਬਈ ਰੋਟੀ ਕਿਉਂ ਨਹੀਂ? ਉਹ ਸੰਤਾਂ ਕੋਲ ਆ ਕੇ ਦੱਸੋ ਵੀ ਸਾਡੀ ਆਦਤ ਪੈ ਗਈ ਪੀਰ ਜੀ, ਇਹ ਸਾਨੂੰ ਦੱਸਣਗੇ ਵੀ ਸਾਨੂੰ ਉਸ ਵੱਧ ਅਫੀਮ ਭੰਗ, ਉਸ ਵੱਧ ਅਫੀਮ ਭੰਗ ਉੱਤਰ ਜਾਏ ਪ੍ਰਵਾਸ ਨਾਮ ਕੁਮਾਰੀ ਨਾਮ ਦਾ ਚੜੀ ਗਏ ਦਿਨ ਰਾਤ ਉਤਰਦੀ ਨਹੀਂ ਹੈ। ਚੜੀ ਵੀ ਇੱਕ ਵਾਰੀ ਕੀਤੀ ਵੀ ਫਿਰ ਉਤਰਦੀ ਨਹੀਂ ਹੈ, ਚੜ ਗਏ ਤੇ ਚੜੇ ਗਏ। ਇਹਨਾਂ ਲੋਕਾਂ ਦਾ ਤਸਵੀਰ ਲਈ ਤੁਸੀਂ ਕੁਰਲੀਆਂ ਕਰਦੇ ਹੈ ਕੋਈ, ਤੁਸੀਂ ਵੀ ਬੜੀ ਕਰਦੇ ਇਹਨੂੰ ਸਾਡੇ ਨਾਲ ਤਾਂ ਤੁਸੀਂ ਕੰਮ ਕਰਦੇ ਹੋਣੇ ਇਹਨੂੰ ਕੀ ਅੰਦਰ ਤੱਕ ਵਜਾਉਣ ਵਾਸਤੇ ਇਸ ਨੂੰ ਵਿਅਸ ਪੈ ਗਿਆ, ਬੈਠੋ ਵੀ ਪੈ ਜਾ ਵਜਿਆ ਹੋ ਜਾ ਬਸਾਇਆ ਕਰ ਦੇਵਾਂਗੇ, ਇਹੋ ਜਿਹਾ ਬਸਾਇਆ ਕਰ ਦੇਵਾਂਗੇ ਕਰਦੇ ਕਿ। ਪਰ ਉਹ ਦੇਖੋ ਇਹਨਾਂ ਦੀ ਅੱਗ ਬੁਝਾ ਦਿੱਤੀ ਗੁਰੂ ਲੋਕਾਂ ਨੇ, ਨਿਗਾਹ ਨਾਲ ਬੁਝਾ ਦਿੱਤੀ। ਮੈਂ ਤਾਂ ਐਂ ਕਿਹਾ ਕਰਦਾ ਆਪਣੀ ਗੱਲ ਕਿਹਾ ਕਰਦਾ, ਮੈਨੂੰ ਤਾਂ ਆਪਣੇ ਵਰਗਾ ਕੱਚਾ ਆਦਮੀ ਦੁਨੀਆਂ ਵਿੱਚ ਕੋਈ ਚਿੰਤਾ ਨਹੀਂ। ਜਿੰਨੀ ਮੇਰੇ ਅੰਦਰ ਅੱਗ ਲੱਗੀ ਵੀ ਜੀ ਸਾਡੇ ਤਾਂ ਕਈ ਦਾ ਗਲੇ ਨਹੀਂ ਕਰਦੀ, ਤੁਸੀਂ ਤਾਂ ਇੰਨੀ ਚਾਹ ਕੇ ਕਰ ਹੀ ਨਹੀਂ ਸਕਦੇ ਕਿਹੜੇ ਦਾ ਕੋਈ ਹੱਥ ਖੜਾ ਕਰਕੇ ਦੇਖ ਲਓ ਸਾਡੇ ਨਾਲ ਗੱਲ ਮਿਲਾ ਕੇ ਦੇਖ ਲਓ ਜਿਹਦਾ ਜੇ ਸਾਡੇ ਬਰਾਬਰ ਕਿਸੇ ਰਿਸ਼ਤੇ। ਪਰ ਇਹ ਵੀ ਗਲਤੀ ਵੀ ਰੱਬ ਬਹੁਤ ਨੇੜਾ ਹੋ ਕੇ ਸੁਣਦਾ ਥਾ, ਜਿਹੜੀ ਸੋਚਦੇ ਤੇ ਉਹ ਜਦੇ ਹੋ ਜਾਂਦੀ ਸੀ, ਫਿਰ ਵੀ ਬੁਝੀ ਨਹੀਂ, ਵਧਦੀ ਚਲੀ ਗਈ ਵਧਦੀ ਚਲੀ ਗਈ, ਅਸਾਮ ਤੇ ਬਾਹਰ ਗੱਲ ਚਲੀ ਗਈ, ਫਿਰ ਗੁਰੂ ਲੋਕਾਂ ਦੇ ਚਰਨਾਂ ਵਿੱਚ ਜਾ ਕਰੂਗੇ। ਫਿਰ ਅਸੀਂ ਤਾਂ ਕਹਿੰਦੇ ਸੀ ਜ਼ਮੀਨਾਂ ਨਾਲ ਸੁਖੀ ਹੋ ਜਾਵਾਂਗੇ, ਪਸ਼ੂਆਂ ਨਾਲ ਸੁਖੀ ਹੋ ਜਾਵਾਂਗੇ, ਰਾਤ ਨਾਲ ਕੋਠੀਆਂ ਬਾਗਾਂ ਨਾਲ ਸੁਖੀ ਹੋ ਜਾਵਾਂਗੇ। ਇਹਦਾ ਸਾਰੀ ਸਵਾਹ ਪਾ ਕੇ ਦੇਖ ਲਈ ਸੁੱਖ ਤਾਂ ਪਹਿਲਾਂ ਵੀ ਜਾਂਦਾ ਰਹਿ ਗਿਆ। ਉਹ ਕਹਿੰਦੇ ਸਾਰੇ ਪੁੱਤਿਓ ਜਿਹੜਾ ਇੱਛਾ ਵਿੱਚ ਸੁੱਖ ਹੁੰਦਾ ਤਾਂ ਚੱਕਰ ਵਰਤੀ ਰਾਜੇ ਰਾਜ ਨੂੰ ਛੱਡ ਕੇ ਕਿਉਂ ਭੱਜਦੀ? ਸੁੱਖ ਤਾਂ ਕੋਈ ਹੋਰ ਗੱਲ ਹੈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੰਤਾ ਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਰਾਮ ਕੇ ਦਾਸ। ਸਾਡੇ ਲੋਕਾਂ ਨੂੰ ਇੰਨੀ ਤਕਲੀਫ ਹੈ ਸਰੀਰਕ ਜੇ ਫਟ ਹੋ ਗਏ ਤਾਂ ਮੰਜੀ ਨਾਲ ਦੋ ਆਦਮੀ ਬੈਠੇ ਹੋਣ, ਪੈਸੇ ਰੋਟੀ ਖਾ ਦਿੰਦੇ ਪੈਸੇ ਹੋ ਗਏ ਹੋਣਗੇ, ਇਹ ਲੋਕ ਮੋਹਰੇ ਜੇਕਰ ਖੜੇ ਹੁੰਦੇ ਖਾ ਖਾ ਕੇ ਮਾਰ ਦਿੱਤੇ, ਖਲਾ ਖਲਾ ਕੇ ਹੀ ਮਾਰ ਦਿੱਤੇ, ਹੋਰ ਖਾਓ ਉਹਨੂੰ ਖਾਓ ਹੋਰ ਖਾਓ ਹੋਰ ਖਾਓ ਹੋਰ ਖਾਓ, ਤੁਸੀਂ ਬਿਮਾਰ ਨਾ ਪਤੀ ਪੀ ਲੈ ਲੋ, ਇੱਕ ਮੇਰੇ ਚਿਹਰੇ ਵੱਲ ਦੇਖਣਾ ਪਊਗਾ ਖਰਾਬ ਹੋਊਗਾ, ਕਿਆ ਗੱਲ ਹੈ ਗਾਣੇ ਬਾਈ ਉਹ ਅੱਜ ਕਹਿੰਦੇ ਟੈਰ ਜਲ ਦੇਖੋ
आज तो कमरे मार दिया और जरूर चले वालों देखना पड़ेगा थानो कदे ना कदे कोई चीज मंगनी पड़ेगी अगर थोड़े सोने सोने अंदर पर हेतियरी पहनेंगे फिर भी कदे ना कदे तो मंगना पै जाऊगा जिसका था उसको सौंप दिया जिला था उन्हें सौंप दिया एना खुद राखी वही करे जिसका था उसको सौंप दिया ये रोज का झगड़ा कौन करे दिन रात कौन ये पीछे रोवे पिटे मरता था मर जावे रहता था रह जावे उन्हें रखना रख लेवे नहीं रखना ना रखे इच्छा नो ये तो पढ़ गए ये इच्छा करनी भी है तो कैंसी करो फिर परमात्मा की करो जे ज्ञान गल की है इन्हों का दस तेजी ने 500 रुपया पंडित जी ने अभी एक ना सा मुख्यमंत्री माजा लाए बता उ गल कही थी उन्होंने असि कहा था उन्होंने ग्राम नो ब्राह्मण ब्राह्मण का बड़ा पुन है गाय नो दाना खिलाइए पट्टे खिलाइए बड़ा पुन है इसे बड़ा कोई पुन है नहीं पर मैं क्या एक गल है जो चीजी गाय हो गए तो उन्होंने ना पाओ जो भुखी कुकी हो तो उन्होंने दो रुटियां पा दो ना ज्यादा पुन मिलूगा उच्ची जाति तो देखो सबसे गरीबी है ना दिया कितनी मैंने रख ली दिया कितनी ताकत रख ली है अभी उन्होंने गल कही थी मैं जेड़ा रजिया का नाका तुम से कह रहा मैं कुक ले लो तो ऐसे ही गरीबा की मेहरबानी इतने कर दो अपने लाभ जी सब कुछ लग रहा है मैं जी की काम में ना पाऊ तो सब कुछ कद है नहीं पर खुद ही प्राण निकल गए हैं अज को पंडित जी ने दसिया है कि कमाई रबिया हुई है मुसलमानों के बीच बहुत बड़े कराने की लड़की थी और बड़े जगह कराने की गाई गई थी पति से पहले वो पानी नहीं पीने पति से पहले रोटी नहीं खाली पति से पहले सोंधी ली थी जो पति कहते तो वे करती थी एक दिन रोटी बना के रख गई आप ऐसा टूली ला के बह गई नींद आ गई नींद आ गई ऐसे बैठी भी नींद आ गई पैर सारे बैठे मंजिल ऊपर बैठी थी तो पति देव आ गया आके देखकर सुची कही है उन्होंने कहा सुची हुई में जगाना भी जुलम है ऐसा हम नहीं गिराए तो भुखे रहेंगे ये भी भुखी होगी सर्जी भी भुखे रहेंगे लोग वो पैरों वाला बैठ के उन्हें जो रसोई का तंदूरा था उन्होंने ऐसा वो उंगलियां पोला पोला वो उन्होंने संकेत कर लगा भाई इन तकलीफ भी ना हो और जाग भी जाए वो अंदर थोड़ना क्या तुरंत अंदरों वे मेरे पैर में कुत्ता चट रहा जब दिन माड़े आते फिर चंगे माड़े के ए माड़े दिन डरना नहीं चाहिए वो जो माड़े दिन आते कले दिन आते जो दुख आता है वो कहे वास्ते आता है बोलो सुख लिया वास्ते जब थोड़े को सुख आऊगा तो अवश्य तो बाद में सुख आऊगा दुख ने आना सुख लिया वास्ते ये अलग गल है वो दिल ला के आऊगा आऊगा सुख सुख दुख के कदम घबराना नहीं चाहिए यह सोचना चाहिए जो दुख आया कहीं सुख लियाऊगा मगरों उस दुख की घड़ी उस वक्त आ गई उन्हें पिछे को पैर खा के कदा मारिया पांच का पता बैठा था उन्हें मस्तक के उपर इतने बजिया इतने बजिया तो पिछे को डिगया डिगा कहता सूरनी मैं तो तेन पता नहीं पता जगह आता था मुसलमानों ने ग्रंथ से लिखी भी नहीं साढ़े इस ग्रंथ से गल लिखी गया ऐसी लिखी फिर मैं तो तेरे खुदा की तरह जगाना था उसे वास्ते किसी ऊपर से सूरनी लहू बन गया जरा आयशा का वो सूरनी लहू बन गया पति के बोल के अंदर किन्नी ताकत थी अजय ने फिर रोज पिटे पिटे कहिया रही नहीं कुछ भी ठहरा नहीं लगे ना
ਨਰਕ ਦੀ ਰੱਬ ਨੂੰ ਨਵੇਂ ਬਣਾਉਣੇ ਪੈ ਜਾਣੇ, ਕਿਤੇ ਰੱਬ ਨੂੰ ਬਖਸ਼ ਪਾ ਦੇਣਾ। ਉਹ ਜਿਹੜੇ ਪਹਿਲੇ ਬੈਠੇ ਨੂੰ ਉਹਨਾਂ ਨੇ ਕਹਿਣਾ ਇਹਨਾਂ ਕਿਹੜੇ ਘੜੀਆਂ ਨੂੰ ਸਾਡੇ ਸਾਹਮਣੇ ਲਿਆ, ਜਿਹੜਾ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦਾ, ਅੱਗੇ ਦਾ ਪਾਲਣ ਨਹੀਂ ਕਰਦਾ, ਜਿਹੜੀ ਜੀਵੀ ਆਪਣੀ ਪਤੀ ਦਾ ਪਾਲਣ ਨਹੀਂ ਕਹਿਣ ਦਾ ਹੱਕ ਕਰਦੀ, ਸਸੋਰੀ ਦੀ ਸੇਵਾ ਨਹੀਂ ਕਰਦੀ, ਇਹਨਾਂ ਨੂੰ ਕਿਰਤ ਕਰੀ ਕਹਿੰਦੇ ਹਨ। ਅਸੀਂ ਰੱਬ ਦੇ ਨਾਲ ਵਾਇਦਾ ਕਰਕੇ ਆ ਜਾਂਦੇ ਹਾਂਗੇ, ਉਹਨੂੰ ਪੂਰਾ ਨਹੀਂ ਕਰਦੇ, ਇਹਨਾਂ ਨੂੰ ਵੀ ਕਿਰਤ ਕਰੀ ਕਹਿੰਦੇ ਹਾਂ। ਵੇਦ ਗ੍ਰੰਥ ਕਹਿੰਦੇ ਕਹਿੰਦੇ ਸਾਰੇ ਕਸੂਰ ਮਾਫ਼ ਹੋ ਜਾਣਗੇ, ਕਿਰਤ ਕਰੀ ਦਾ ਕਸੂਰ ਮਾਫ਼ ਨਹੀਂ ਹੋ ਸਕਦਾ ਹੈ। ਕਿਰਤ ਕਰੀ ਉਹਨੂੰ ਕਹਿੰਦੇ ਜਿਹੜਾ ਕਈ ਜ਼ਿੰਦਗੀ ਨੂੰ ਭੁੱਲ ਜਾਵੇ। ਕਿੰਨੀ ਪਰਮਾਤਮਾ ਨੇ ਤੁਹਾਡੇ ਉੱਪਰ ਨੇਕੀ ਕੀਤੀ ਹੈ, ਤੁਸੀਂ 10 ਕਰੋੜ ਆਦਮੀ ਇਕੱਠਾ ਕਰ ਲਓ। ਉਹਨੇ ਜਿਹੜੀਆਂ 2 ਗੱਲਾਂ ਕਹੀਆਂ ਸੀ, ਉਹ ਇੱਕ ਤੁਸੀਂ ਠੀਕ ਮੰਨ ਲਈ, ਇੱਕ ਨੂੰ ਤੁਸੀਂ ਭੁੱਲ ਗਏ। ਉਹਨੇ ਤੁਰ ਲੱਗਿਆ ਨਾ ਉਸ ਵਿੱਚ ਸਾਨੂੰ ਕਿਹਾ ਤਾ ਵੀ ਪੁੱਤਰਾ ਜਿੱਦਾਂ ਦਾ ਮੈਂ ਤੈਨੂੰ ਬਣਾ ਕੇ ਭੇਜਿਆ ਹੈ, ਇੱਦਾਂ ਦਾ ਵਰਤੂ ਅਸੀਂ ਕੋਈ ਬਣਾਇਆ। 10 ਕਰੋੜ ਆਦਮੀ ਇਕੱਠਾ ਕਰ ਲਓ, ਜਿਹਦਾ ਇੱਕ ਦੀ ਅੱਖ ਦੂਜੇ ਦੀ ਅੱਖ ਨਹੀਂ ਹੋਊਗੀ, ਜਿਹਦਾ ਇੱਕ ਦਾ ਨੱਕ ਦੂਜੇ ਦਾ ਨੱਕ ਨਹੀਂ ਹੋਊਗਾ, ਜਿਹਦਾ ਇੱਕ ਦਾ ਬੋਲ ਹੈ ਦੂਸਰੇ ਦਾ ਬੋਲ ਨਹੀਂ ਹੋਊਗਾ। ਉਹ ਕਹਿੰਦਾ ਜੇ ਟੈਗਰੋ ਸੰਗ ਲਾਏ ਤੇ ਉਹ ਲਾ ਕੇ ਮੈਂ ਖੂਹ ਦੇ ਵਿੱਚ ਸੁੱਟ ਦਿੱਤੇ, ਉਹਦਾ ਗੱਲ ਕੌਣ ਕੀਤਾ ਹੈ ਵੀ ਜਿਹਦਾ ਦਾ ਮੈਂ ਹੈਗਾ ਮੇਰੇ ਵਰਗਾ ਕੋਈ ਹੈ। ਉਹਨੇ ਨਾਲ ਵੀ ਕਿਹਾ ਤਾ ਮੈਂ ਗੱਲ ਤਾਂ ਕਿਤੇ ਵੀ ਰੱਖੀ ਤੇ ਮੈਨੂੰ ਉਹਨਾਂ ਨੇ ਕਿਹਦਾ ਦਾ ਬਣਾ ਕੇ ਭੇਜਿਆ ਹੈ, ਮੇਰੇ ਵਰਗਾ ਕੋਈ ਹੈ ਨਹੀਂ। ਉਹ ਤਾਂ ਗੱਲ ਗਈ ਭੁੱਲੇ, ਮੈਂ ਉਹਨੂੰ ਚੇਤੇ ਰੱਖਣਾ, ਇਹ ਗੱਲ ਚੇਤੇ ਰੱਖ ਲਈ ਵੀ ਮੇਰੇ ਵਰਗਾ ਕੋਈ ਹੈ ਨਹੀਂ, ਬਾਬਾ ਚੁੱਪਰ ਨਾ ਕੀ ਹੋ ਗਏ। ਉਹ ਵੀ ਮੁਸਾਫਰ ਹੱਥ ਪੈਦਾ ਬਈ ਮੇਰੇ ਵਰਗਾ ਤਾਂ ਕੋਈ ਹੈ ਨਹੀਂ, ਸਾਥੀ ਪੈ ਪੈ ਰੱਖ ਰੱਖੇ ਸਾਥੀ ਥੱਲੇ ਨੂੰ ਚੱਲੀ ਜਾਵੇ। ਇਹ ਗੱਲ ਤਾਂ ਚੇਤੇ ਰਹਿ ਗਈ, ਸਾਡੇ ਮੁੱਚੇ ਇਹ ਗੱਲ ਹੈ। 80 ਕਰੋੜ ਆਦਮੀ ਦੱਸਦੇ ਤੁਹਾਡੇ ਹਿੰਦੁਸਤਾਨ ਦੇ ਵਿੱਚ, 80 ਕਰੋੜ ਨੂੰ ਇਕੱਠਾ ਕਰ ਲਓ, ਇੱਕ ਦੇ ਨਾਲ ਦੂਜੇ ਬੋਲ ਮਿਲ ਨਹੀਂ ਸਕਦਾ। ਉਹਦੀ ਸਿਰਫ ਕਿਹੜੀ ਜ਼ੁਬਾਨ ਦੇ ਨਾਲ ਕੀਤੀ ਜਾਵੇ ਉਸ ਪਰਮਾਤਮਾ ਦੀ, ਇੱਕ ਦੂਜੇ ਨਾਲ ਸ਼ਕਲ ਹੀ ਮਿਲਦੀ ਹੈ। ਉਹਦੇ ਤਾਂ ਗੁਰੂ ਰਾਜੇ ਕਹਿੰਦੇ ਸਕੀਏ ਨਹੀਂ, ਪਰ ਇਸ ਦੁਨੀਆਂ ਦੇ ਚੀਜ਼ਾਂ ਦੇ ਗੁਣ ਗਾਵਣ ਦਾ ਪਿਓ ਨੂੰ ਭੁੱਲ ਗਏ ਹਾਂ। ਇਹਨੂੰ ਕਿਰਤ ਕਰੀ ਕਹਿੰਦੇ ਹਨ, ਜੇ ਤੁਸੀਂ ਹੋਰ ਕੁਛ ਵੀ ਨਹੀਂ ਕਰ ਸਕਦੇ ਤਾਂ ਆਪਣੇ ਖਾਤਿਆਂ ਦੀ ਉਦਾਸੀ ਕਰੋ। ਤਾਂ ਜਿਸ ਪਾਸੋਂ ਦਾ ਸੂਰਜ ਦਾ ਮੂੰਹ ਬਣ ਗਿਆ, ਜਾਂਦੀ ਉਹਦੇ ਉੱਪਰ ਕਿਰਤਾ ਬਣ ਜਾਂਦੀ, ਕੌਣ ਰਹਿੰਦਾ, ਦੁਨੀਆਂ ਇਕੱਠੀ ਹੋ ਗਈ, ਖਿਚੇ ਖਿਚੇ ਹੋਣ ਲੱਗੀ, ਮੈਂ ਤੇ ਆਪਣੇ ਪਤੀ ਦਾ ਅਪਮਾਨ ਕੀਤਾ ਹੈ, ਤੈਨੂੰ ਖੁਦਾ ਨੇ ਦੰਡ ਦਿੱਤਾ। ਔਰ ਦੰਡ ਵੀ ਕਿੱਦਾਂ ਦਾ ਵਿਲੱਖਣ, ਜਿਹੜੀ ਕਿਸੇ ਨੂੰ ਗੱਲ ਜਸਦੀ ਨਹੀਂ ਹੈ, ਮੈਂ ਤੋਂ ਸੂਰਜ ਦਾ ਮੂੰਹ ਕਿੱਦਾਂ ਬਣ ਗਿਆ ਹੋਊਗਾ। ਕਿਸੇ ਨੇ ਨਹੀਂ ਚੱਜਿਆ, ਨਾ ਮਾਂ ਨੇ, ਨਾ ਪਿਓ ਨੇ, ਨਾ ਮਿੱਤਰਾਂ ਨੇ, ਨਾ ਸੱਜਣਾਂ ਨੇ, ਨਾ ਭੈਣਾਂ ਨੇ, ਨਾ ਸਹੇਲੀਆਂ ਨੇ। ਉਹ ਦੁਨੀਆਂ ਦੇ ਵਿੱਚ ਵੇਚਣ ਲੱਗ ਪਏ, ਜਿੱਥੇ ਗਾਵੇ ਹਜ਼ਾਰਾਂ ਸੈਕਣ ਆਦਮੀ ਇਕੱਠੇ ਹੋ ਜਾਣ। ਉਹ ਕਦੇ ਕਦੇ ਲੋਕਾਂ ਦੀ ਪੁੱਛਿਆ ਕਰੇ ਵੀ ਕੋਈ ਏਦਾਂ ਦਾ ਵੀ ਆਦਮੀ ਹੈ ਵੀ ਜਿਹੜਾ ਮੇਰੇ ਦਿਲ ਕਟਾ ਦੇਵੇ। ਉਹ ਲੋਕਾਂ ਦਾ ਕੰਮ ਇਹ ਦੁਨੀਆਂ ਵਿੱਚ ਕੋਈ ਹੈ ਨਹੀਂ, ਇਹ ਤਾਂ ਸਵਾਰਥੀ ਆਦਮੀ ਹਨ, ਇਹਨਾਂ ਨੇ ਜਿਹੜੇ ਦਿਨ ਕਿੱਥੇ ਕਟਾਵਣੇ। ਕੋਈ ਕੋਈ ਕਹਿ ਜਾਵੇ ਕਹਿੰਦੇ ਨੂੰ ਕੋਈ ਫਕੀਰ ਮਿਲ ਜਾਵੇ ਵੀ ਉਹ ਕਿਸੇ ਦੀ ਮਦਦ ਕਰ ਸਕਦਾ ਹੈ। ਫਿਰ ਉਹ ਫਕੀਰਾਂ ਦੀ ਤਲਾਸ਼ ਹੋ ਗਈ, ਕੋਈ ਫਕੀਰ ਮਿਲ ਗਿਆ, ਉਹਨੇ ਪੁੱਛਿਆ ਤੂੰ ਕੌਣ ਹੈ, ਕਹਿੰਦੇ ਮਾਰਾ ਮੈਂ ਕੁਛ ਨਹੀਂ, ਤੇਰੇ ਘਰ ਕਿੱਥੇ, ਮੇਰਾ ਕੋਈ ਘਰ ਨਹੀਂ, ਤੇਰੇ ਮਾਂ ਬਾਪ ਨਾ ਮੇਰਾ ਕੋਈ ਮਾਂ ਬਾਪ, ਤੇਰੇ ਭੈਣ ਭਾਈ ਨਾ ਮੇਰਾ ਭਾਈ ਹੈ ਕੋਈ, ਕਹਿੰਦੇ ਕੋਈ ਇਸ ਦੁਨੀਆਂ ਵਿੱਚ, ਕਹਿੰਦੇ ਮੇਰਾ ਕੋਈ ਹੈ ਜੀ। ਉਹਦਾ ਕੀ ਰੋਕ ਹੈ, ਕਹਿੰਦੀ ਹੈ ਵੀ ਇਸ ਦੁਨੀਆਂ ਵਿੱਚ ਮੇਰਾ ਕੋਈ ਹੈ ਜੀ, ਕਹਿੰਦੇ ਚੱਲ ਜਿਹੜਾ ਕੋਈ ਨਹੀਂ ਹੁੰਦਾ ਉਹਦੇ ਅਸੀਂ ਹੋਇਆ ਕਰਦੇ। ਫਕੀਰ ਨੇ ਜਾਤੀ ਪਰ ਹੱਥ ਮਾਰਿਆ, ਜਿਹੜਾ ਕੋਈ ਨਹੀਂ ਹੁੰਦਾ ਉਹਦੇ ਅਸੀਂ ਹੋਇਆ ਕਰਦੇ ਹਾਂ, ਤੂੰ ਸਾਡੇ ਕੋਲ ਰਹੋ ਇੱਥੇ। ਉਹਨੂੰ ਜਗ੍ਹਾ ਦੇ ਦਿੱਤੀ, ਉਪਦੇਸ਼ ਕਰਨਾ ਸ਼ੁਰੂ ਕਰ ਦਿੱਤਾ, ਜਿਹੜਾ ਉਹਦੇ ਸੁਲੇਸ਼ ਅਕਲੇਸ਼ ਦੂਰ ਹੋ ਗਿਆ, ਉਹਨੂੰ ਮਸਤੀ ਆ ਗਈ, ਉਹ ਤਾਂ ਬਿਲਕੁਲ ਖੁਦਾ ਦਾ ਰੂਪ ਬਣ ਗਈ। ਜਿਸ ਪਾਸੇ ਜ਼ਮੀਨ ਦੇ ਉੱਪਰ ਤੁਰਦੀ ਸੀ ਉਹਦੀਆਂ ਜਿਹੜੀਆਂ ਸਿੱਧੀਆਂ ਜਾਂਦਾ ਸੀ ਜ਼ਮੀਨ ਦੇ ਉੱਪਰ ਕੀ ਚੁਣੀਆਂ ਸੀ। ਮੂੰਹ ਹੋਵੇ ਤਾਂ ਤੁਰਦੀ ਦਾ ਮੂੰਹ ਤਾਂ ਬਦਲਿਆ ਨਹੀਂ, ਕਿਸੇ ਤਰ੍ਹਾਂ ਮੱਕੇ ਮਸੀਨੇ ਨੂੰ ਜਿਕਰ ਪੰਡਿਤ ਜੀ ਨੇ ਕਿਹਾ ਜੋ ਜਾ ਰਹੇ ਸੀ, ਉਹਨੇ ਗੁਰੂ ਅੱਗੇ ਬੇਨਤੀ ਕੀਤੀ, ਗੁਰੂ ਜੀ ਜੇ ਆਪ ਦੀ ਆਗਿਆ ਹੋ ਜਾਵੇ ਤਾਂ ਮੈਂ ਵੀ ਮੱਕੇ ਮਸੀਨੇ ਜਾਇਆ ਵਾਂ। ਉਹ ਜਿਹੜੇ ਖੁਦਾ ਦੇ ਪਿਆਰੇ ਨੂੰ ਉਹਨਾਂ ਦੇ ਸਿਰ ਤਾਂ ਰੱਬ ਇੱਦਾਂ ਦੇ ਕੰਮ ਕਰਕੇ ਦੱਸਦਾ ਜੇ ਸਾਡੇ ਦਿਮਾਗ ਵਿੱਚ ਵੀ ਨਾ ਆਉਣ, ਅਸੀਂ ਥੋੜੀ ਵੀ ਗੱਲ ਨੂੰ ਵੀ ਨਹੀਂ ਸੱਚ ਮੰਨ ਸਕਦੇ ਹਾਂ। ਗੁਰੂ ਨੇ ਆਗਿਆ ਦੇ ਦਿੱਤੀ, ਉਹ ਮੱਕੇ ਮਸੀਨੇ ਨੂੰ ਚਲੀ ਗਈ, ਉਹ ਰਸਤਾ ਛੱਡ ਕੇ ਤੁਰਿਆ ਕਰ ਦਿੱਤੀ। ਕੀ ਰਾਤਰੀ ਚ ਲੋਕ ਕੱਠੇ ਹੋ ਜਾਂਦੇ ਤੇ ਮੂੰਹ ਨੂੰ ਕਾਕੇ ਰੱਖ ਰਹੀ ਸੀ, ਅੱਖਾਂ ਵਾਹੀਆਂ ਰੱਖਣੀਆਂ। ਇੱਕ ਨੇ ਕਿਆ ਦੇਖਦੀ ਹੈ, ਕੋਈ ਰਾਤੇ ਦੇ ਕੁੱਤੀ ਸੂਈ ਵੀ ਹੈ, ਉਹਦੇ ਅਸਲ ਸੰਗਤ ਬੱਚੇ ਹਨਗੇ, ਉਹ ਆਲੇ ਦੁਆਲੇ ਚੂ ਚੂ ਕਰਦੇ, ਕੁੱਤੀ ਮਰਨ ਤਿਆਰ ਹੋਈ ਪਈ ਹੈ। ਬੱਕਰੀਆਂ ਬਾਲਕ ਆ, ਬੱਕਰੀਆਂ ਹੱਕੇ ਚਲਾ ਗਿਆ, ਕੁੱਤੀ ਉੱਤੇ ਸੂ ਪਈ, ਉਹਨੂੰ ਕੌਣ ਤਾਂ ਰੋਟੀਆਂ ਪਾਉਣ ਵਾਲਾ। ਉਹ ਰਾਤ ਨੂੰ ਪਿਛਾ ਕਰਿਆ ਕਰਦੀ ਸੀ, ਪੰਜ ਸੱਤ ਰੋਟੀਆਂ ਲਿਆਉਣੀਆਂ, ਅੱਧੀਆਂ ਖਾ ਲੈਣੀਆਂ, ਅੱਧੀਆਂ ਕੋਲ ਰੱਖ ਲੈਣੀਆਂ।
ਉੱਚੀ ਰਾਤੀ ਚ ਪਈ ਹੈਗੀ, ਬੇਹੋਸ਼ ਹੈਗੀ, ਕੋਲੇ ਫੁੱਸੂ ਚੂ ਚੂ ਕਰਦੇ ਹਨ, ਉਹਨੇ ਕਹਿ ਕੇ ਮਰ ਜਾਊਗੀ। ਉਹਨੇ ਇੱਕ ਰੋਟੀ ਕੁੱਤੀ ਨੂੰ ਪਾ ਦਿੱਤੀ, ਉੱਚੀ ਉੱਚੀ ਨੇ ਕਈ ਕਈ ਨੇ ਰੋਟੀ ਖਾ ਕੇ ਉੱਠ ਕੇ ਬੈਠ ਗਈ। ਉਹਨੇ ਦੂਈ ਪਾ ਦਿੱਤੀ, ਉੱਠ ਕੇ ਖੜੀ ਹੋ ਗਈ। ਕੁੱਤੀ ਉਹ ਦੱਸਿਆ ਪਿਛਾੜੀ ਜਾਗੀ, ਉਹਨੇ ਸਾਰੀਆਂ ਪਾ ਕੇ ਚੱਲ ਕਹਿੰਦੇ ਬਾਕੀ ਸਹੀ, ਜਿਹੜੀਆਂ ਚਾਰ ਰੋਟੀਆਂ ਤੇ ਚਾਰੇ ਪਾ ਦਿੱਤੀਆਂ। ਕੁੱਤੀ ਉਹਦਾ ਕੱਪੜਾ ਖਿੱਚਦੀ ਹੈ, ਸੰਕੇਤ ਕਰਦੀ, ਇਸ਼ਾਰਾ ਕਰਦੀ ਹੈ, ਉਹ ਅਕਲਵੰਤੀ ਦੇ ਕੋਈ ਗੱਲ ਹੈਗੀ। ਜਦੋਂ ਥੋੜ੍ਹੀ ਦੂਰ ਜਾਵੇ ਤਾਂ ਖੂਹ ਤਾ ਖੂਹ ਤਾਂ ਬਿਲੇ ਮਨ ਤੇ ਖੂਹ ਤਾਂ ਨਾ ਉੱਥੇ ਰੱਸੀ ਸੀ ਨਾ ਬਾਲਟੀ ਸੀ, ਇੱਕੋ ਵਸਤਰ ਰੱਖ ਲਈ। ਜਿਸ ਤਰ੍ਹਾਂ ਅਸੀਂ ਗਾਤੀ ਬੰਨ ਕੇ ਰੱਖਦੇ ਹਾਂ, ਨਾ ਹੱਥ ਵਿੱਚ ਕੋਈ ਡੰਡਾ ਲੈਣਾ, ਨਾ ਪੱਤਰ ਰੱਖਣਾ, ਨਾ ਪੈਰੀ ਜੁੱਤੀ ਪਾਉਣੀ, ਨਾ ਕੋਈ ਸਿਰ ਉੱਪਰ ਕੱਪੜਾ, ਇੱਕੋ ਕੱਪੜਾ ਰੱਖਣਾ। ਉਹ ਕੱਪੜਾ ਉਹਨੇ ਦੋਹਰਾ ਤੇਰਾ ਤਾਂ ਉਹ ਪਾੜਿਆ, ਪਾੜ ਕੇ ਉਹਦੀ ਰੱਸੀ ਵੱਟੀ, ਉਹ ਕਿੱਥੇ ਜਾਵੇ ਉੱਥੇ ਦੋ ਦੋ ਤਿੰਨ ਤਿੰਨ ਸੌ ਫੁੱਟ ਪਾਣੀ ਹੈ ਥੱਲੇ। ਉਹ ਜਿਹੜੇ ਸਿਰ ਦੇ ਵਾਲ ਸੀ ਉਹ ਜੱਟਾ ਸੀ, ਉਹ ਜੱਟਾ ਪੱਟੀਆਂ, ਇੱਕ ਵਾਲ ਪੱਟਣਾ ਆਪਣਾ ਦੇ ਤੋਂ ਕਿੰਨਾ ਦੁੱਖ ਹੁੰਦਾ। ਉਹ ਜੱਟਾ ਪੱਟ ਕੇ ਪੂਰੀ ਰੱਸੀ ਬਣਾਈ, ਪਾਣੀ ਤੱਕ ਪਹੁੰਚ ਗਈ। ਪਾਣੀ ਕਿੱਦਾਂ ਆਵੇ, ਉਹ ਜਿਹੜਾ ਕੱਪੜਾ ਮਾਰਾ ਜਿਹਾ ਸੀ ਟੱਕਣ ਨੂੰ ਰਹਿ ਗਿਆ ਤਾ, ਉਸ ਰੱਸੀ ਦੇ ਨਾਲ ਬੰਨ ਕੇ ਉਹਦੇ ਵਿੱਚ ਜਾ ਕੇ ਜਪੋਇਆ, ਬਾਹਰ ਕੱਢ ਕੇ ਲੱਤਾਂ ਨੌਕਰੀਆਂ ਨੂੰ ਮਿਲਾ ਕੇ ਇੱਥੇ ਪਾਣੀ ਨਿਚੋੜਿਆ, ਕੁੱਤੀ ਨੂੰ ਪਾਣੀ ਜਵਾ ਦੇ ਨਾਲ ਅੰਦਰ ਗਿਆ। ਮਹਾਰਾਜ ਲਿਖਦੇ ਨੇ ਇੱਥੇ ਇਹ ਬਾਣੀ ਪਾਣੀ ਕਹਿੰਦੀ ਹੈ, ਸੁਨੀ ਕੋ ਪਾਣੀ ਪੀਆ, ਸੁਨੀ ਕੁੱਤੀ ਨੂੰ ਕਹਿੰਦੀ ਹੈ, ਸੁਨੀ ਕੋ ਪਾਣੀ ਪੀਆ, ਹੋਈ ਰਾਤ ਦੀ ਆਵਾਜ਼, ਤੀਨ ਵਜੇ ਮੱਕਾ ਗਿਆ ਸੀ ਵੀ ਤੇਰੇ ਘਰ ਉੱਤੇ ਖੜੀ ਹੋ ਜਾ, ਤੇਰੇ ਦਰਸ਼ਨ ਕਰਨ ਵਾਸਤੇ ਮੱਕਾ ਮਦੀਨਾ ਆ ਗਿਆ, ਸੱਠ ਮੀਲ ਮੱਕਾ ਮਦੀਨਾ ਜਿਹੜਾ ਉੱਥੇ ਖੜਾ ਗਿਆ, ਸੱਠ ਮੀਲ ਜਿਤਨੀ ਪਬਲਿਕ ਸੀ, ਜਿੰਨਾ ਉਹਦਾ ਸਮਾਨ ਸਾ, ਸਾਰੇ ਉੱਥੇ ਆ ਗਿਆ। ਆਕਾਸ਼ ਤੇ ਬਾਣੀ ਹੋਏ ਉਹ ਖੜੀ ਹੋ ਜਾ, ਤੇਰੇ ਦਰਸ਼ਨ ਕਰਨ ਵਾਸਤੇ ਮੱਕਾ ਮਦੀਨਾ ਆ ਗਿਆ। ਮਹਾਰਾਜ ਪਾਣੀ ਕਹਿੰਦੇ, ਸੁਨੀ ਕੋ ਪਾਣੀ ਪੀਆ, ਹੋਈ ਆਸ਼ਿਵਾਜ, ਤੀਨ ਵਜੇ ਮੱਕਾ ਗਿਆ ਬੀਬੀ ਤੇਰੇ ਕਾਜ, ਉੱਠੇ ਖੜੀ ਹੋ ਜਾ। ਜੇ ਜਿਹਾ ਤੁਸੀਂ ਪਸ਼ੂ ਤੋਂ ਵੀ ਕਰ ਦੋ, ਆਪਣੇ ਮਾਂ ਬਾਪ ਕੋਲ ਪਕਾ ਦੋ, ਉਹਦਾ ਕਹਿਣਾ ਹੀ ਕਿਆ ਹੈ, ਉਹ ਆਪਣਾ ਕਹਿਣਾ ਜੀਨਾ ਪਾ ਕੇ ਦਿੰਦੇ ਹੋ ਕਮਰੇ, ਉਹਨਾਂ ਨੂੰ ਰੂਬੀ ਗੋਲਿਆਂ ਪਾ ਕੇ ਦਿੰਦੇ ਹੋ, ਕਿੱਥੇ ਨਵੇਲੇ ਹੋਣਗੇ, ਕਿੱਥੇ ਫੈਸਲੇ ਹੋਣਗੇ, ਉਹਨਾਂ ਨੇ ਬੜੀਆਂ ਆਸ਼ਾ ਰੱਖੀ ਸਾਡੇ ਉੱਪਰ ਨੌਜਵਾਨ, ਸਾਡੇ ਪਹਿਲਾਂ ਪੁੱਤ ਹੋ ਗਏ, ਫਿਰ ਉਹਨੂੰ ਪੜਾਇਆ ਲਿਖਾਇਆ, ਫਿਰ ਉਹਨੂੰ ਰੋਟੀ ਚੋਲੀ, ਸੌ ਸੌ ਦੇ ਜਾ ਕੇ ਪੈਰ ਪਕੜੇ। ਅੱਜ ਤੁਸੀਂ ਉਹਨਾਂ ਸਵੇਰ ਨੂੰ ਖਬਰ ਨਹੀਂ ਪੁੱਛਦੇ ਹੋ, ਕਿੰਨਾ ਜ਼ੁਲਮ ਹੈ। ਜਦ ਕੁੱਤੀ ਨੂੰ ਰੋਟੀ ਪਾਇਆ ਤੇ ਇੰਨਾ ਕੁ ਨੋ ਸਕਦਾ, ਉਹਨਾਂ ਨੂੰ ਡੰਡ ਦਿੱਤੇ ਤੇ ਉਹਦਾ ਡੰਡ ਕਿੰਨਾ, ਉਹਨਾਂ ਨੂੰ ਡੰਡ ਕਿੰਨਾ ਮਿਲੂਗਾ। ਤੁਸੀਂ ਬਾਹਰ ਦੀਆਂ ਗੱਲਾਂ ਛੱਡ ਦਿਓ, ਤੁਹਾਡੇ ਘਰ ਦੇ ਵਿੱਚ ਹੀ ਪਰਮੇਸ਼ਵਰ ਹੈ, ਤੁਸੀਂ ਉਹਨਾਂ ਦੇ ਜੋ ਚਾਹੋ ਤੁਹਾਨੂੰ ਮਿਲ ਸਕਦਾ ਹੈ।